ਬਾਲੀਵੁੱਡ ਅਦਾਕਾਰਾ ਉਪਾਸਨਾ ਸਿੰਘ ਅਤੇ ਉਸਦਾ ਪੁੱਤਰ ਨਾਨਕ ਸਿੰਘ ਅੱਜ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਏ। ਉੱਥੇ ਉਹਨਾਂ ਵੱਲੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਆਪਣੀ ਆਉਣ ਵਾਲੀ ਫਿਲਮ ਦੀ ਕਾਮਯਾਬੀ ਦੀ ਅਰਦਾਸ ਕੀਤੀ ਗਈ। ਉੱਥੇ ਉਪਾਸਨਾ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਪਹਿਲੀ ਫਿਲਮ ਵਿੱਚ ਕੰਮ ਕਰ ਰਿਹਾ ਹੈ, ਜਿਸ ਦੇ ਤਹਿਤ ਉਹਨਾਂ ਵੱਲੋਂ ਅੱਜ ਉਸਦੀ ਕਾਮਯਾਬੀ ਲਈ ਵੀ ਅਰਦਾਸ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਹਰ ਇੱਕ ਮਾਂ ਦਾ ਫਰਜ਼ ਬਣਦਾ ਹੈ ਕਿ ਉਸਦਾ ਪੁੱਤਰ ਦਿਨ ਦੁੱਗਣੀ ਰਾਤ ਚੁਗਣੀ ਤਰੱਕੀ ਕਰੇ, ਜਿਸ ਦੇ ਤਹਿਤ ਅੱਜ ਉਹਨਾਂ ਦੇ ਵੱਲੋਂ ਉਸਦੀ ਸਿਹਤ ਕਾਮਨਾ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ਹੈ। ਆਓ ਜਾਣਦੇ ਹਾਂ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਪਾਸਨਾ ਸਿੰਘ ਨੇ ਹੋਰ ਕੀ ਕਿਹਾ। ਇੱਕ ਤੋਂ ਵੱਡੀ ਜਗ੍ਹਾ ਮੇਰੇ ਲਈ ਜ਼ਿੰਦਗੀ 'ਚ ਕੋਈ ਨਹੀਂ ਜਿੱਥੇ ਮੈਂ ਅਰਦਾਸ ਕਰਦੀ ਹਾਂ। ਹਮੇਸ਼ਾ ਮੈਂ ਆਉਂਦੀ ਰਹਿੰਦੀ ਹਾਂ ਔਰ ਜਦੋਂ ਵੀ ਮੇਰਾ ਕੋਈ ਕੰਮ ਪੂਰਾ ਹੁੰਦਾ ਹੈ ਜਿਹੜਾ ਕਿ ਬਹੁਤ ਡਿਫੀਕਲਟ ਹੁੰਦਾ ਹੈ ਅਤੇ ਉਹ ਪੂਰਾ ਹੋਣ ਤੋਂ ਬਾਅਦ ਮੈਂ ਜ਼ਰੂਰ ਆਉਂਦੀ ਹਾਂ। ਮੈਂ ਇੱਕ ਫਿਲਮ ਬਣਾਈ ਹੈ ਜੀ, ਬਾਈ ਜੀ ਕੁੱਟਣਗੇ। ਇਹ ਕਾਮੇਡੀ ਫਿਲਮ ਹੈ ਜਿਹਦੇ 'ਚ ਮੇਰਾ ਬੇਟਾ ਲਾਂਚ ਹੋ ਰਿਹਾ ਨਾਨਕ, ਔਰ ਸਮੀਪ ਕੰਗ ਦੇ ਡਾਇਰੈਕਟਰ ਨੇ ਦੇਵ ਖਰੌੜ ਜੀ ਹੈ ਹੀਰੋ ਔਰ ਨਾਨਕ ਔਰ ਗੁਰਪ੍ਰੀਤ ਘੁੱਗੀ ਜੀ ਔਰ ਮੈਂ। ਅਤੇ ਬਹੁਤ ਹੀ ਖੂਬਸੂਰਤ ਫਿਲਮ ਬਣੀ ਪਰ ਡਿਫੀਕਲਟੀਜ਼ ਬਹੁਤ ਆਈਆਂ ਇਹਦੇ 'ਚ ਕਿਉਂਕਿ ਵਿੱਚ ਲੋਕਡਾਊਨ ਹੋ ਗਿਆ, ਪੰਜਾਬ 'ਚ ਲੋਕਡਾਊਨ ਹੋ ਗਿਆ ਔਰ ਉਹਦੇ ਕਰਕੇ ਸਾਡੀਆਂ ਸ਼ੂਟਿੰਗਸ ਰੁਕ ਗਈਆਂ। ਪਰ ਮੈਂ ਵੀ ਸੋਚ ਲਿਆ ਸੀ ਕਿ ਜਦ ਤੀਕਰ ਮੈਂ ਪੂਰੀ ਸ਼ੂਟਿੰਗ ਨਹੀਂ ਕਰੂੰਗੀ ਮੈਂ ਇੱਥੋਂ ਜਾਊਂਗੀ ਨਹੀਂ। ਅਤੇ ਵਾਹਿਗੁਰੂ ਦੀ ਇੰਨੀ ਮਿਹਰ ਰਹੀ ਕਿ ਸਿਰਫ ਮੈਨੂੰ 3 ਦਿਨਾਂ ਦੀ ਪਰਮਿਸ਼ਨ ਮਿਲੀ ਔਰ ਅਸੀਂ ਕੰਪਲੀਟ ਕਰ ਲਿਆ। ਔਰ ਮੈਂ ਹਮੇਸ਼ਾ ਸੋਚਦੀ ਹਾਂ ਕਿ ਇੰਨੇ ਡਿਫੀਕਲਟ ਕੰਮ ਤੋਂ ਬਾਅਦ ਬਸ ਉਹੀ ਹੈ ਵਾਹਿਗੁਰੂ ਜਿਹੜਾ ਮੇਰਾ ਹਮੇਸ਼ਾ ਮੇਰੀ ਮਦਦ ਕਰਦਾ, ਤਾਂ ਥੈਂਕ ਯੂ ਤਾਂ ਬੋਲਣਾ ਬਣਦਾ ਹੈ ਨਾ। ਅਤੇ ਮੈਂ ਤਾਂ ਸ਼ੁਕਰੀਆ ਕਰਨ ਆਈ ਹਾਂ ਔਰ ਨਾਨਕ ਦੀ ਬਹੁਤ ਇੱਛਾ ਸੀ ਇੱਥੇ ਆਉਣ ਦੀ। ਕੀ ਅਰਦਾਸ ਮੇਰਾ ਕੀਤੀ ਇੱਥੇ ਆ ਕੇ? ਪੰਡ ਕੀ ਅਰਦਾਸ ਬੇਨਤੀ ਕੀਤੀ ਹੈ? ਹਾਂਜੀ, ਕੀ ਅਰਦਾਸ ਕੀ ਅਰਦਾਸ ਬੇਨਤੀ ਕੀਤੀ ਹੈ? ਮੈਂ ਤਾਂ ਇੱਕ ਮਾਂ ਹੀ ਅਰਦਾਸ ਕਰ ਸਕਦੀ ਹੈ ਕਿ ਉਹਦਾ ਬੇਟਾ ਜਿਹੜਾ ਉਹ ਤਰੱਕੀ ਕਰੇ ਜ਼ਿੰਦਗੀ 'ਚ, ਮਤਲਬ ਉਹ ਸਕਸੈਸਫੁਲ ਹੋਏ। ਇਹ ਬਹੁਤ ਮਿਹਨਤ ਕਰਦਾ ਬਚਪਨ ਤੋਂ, ਇਹਨੇ ਮਤਲਬ ਸਾਰੀਆਂ ਤਰ੍ਹਾਂ ਦੀਆਂ ਟ੍ਰੇਨਿੰਗਸ ਲਈਆਂ। ਇਸ ਇੱਦਾਂ ਹੀ ਨਹੀਂ ਕਿ ਐਕਟਰ ਬਣਨਾ ਤਾਂ ਉੱਦਾਂ ਹੀ ਆ ਗਿਆ। ਇਹਨੇ ਡਾਂਸ ਦੀ ਟ੍ਰੇਨਿੰਗ ਲਈ ਹੈ ਬਚਪਨ ਤੋਂ, ਇਹਨੇ ਫਾਈਟ ਸਿੱਖੀ ਹੈ, ਇਹਨੂੰ ਹਰ ਚੀਜ਼ ਆਉਂਦੀ ਹੈ, ਘੋੜਸਵਾਰੀ ਆਉਂਦੀ, ਮਤਲਬ ਜੋ ਸਵਿਮਿੰਗ ਜੋ ਚੀਜ਼ਾਂ ਚਾਹੀਦੀਆਂ ਐਕਟ 'ਚ। ਅਤੇ ਇਹਨੇ ਇੰਨੇ ਅਵਾਰਡ ਜਿੱਤੇ ਹੈ ਜਿੰਨੇ ਕਿ ਮੇਰੇ ਕੋਲ ਵੀ ਨਹੀਂ ਹੈ। ਮਤਲਬ ਮੈਂ ਜਦੋਂ, ਮੈਨੂੰ ਵੀ ਬਹੁਤ ਸ਼ੌਕ ਰਿਹਾ, ਮੇਰੀ ਅਲਮਾਰੀ ਦੇ ਜਿੰਨੇ ਅਵਾਰਡਸ ਹੈ ਉਹ ਤੋਂ ਡਬਲ ਸ਼ਾਇਦ ਨਾਨਕ ਦੇ ਅਵਾਰਡਸ ਹੈ। ਅਤੇ ਮੈਂ ਸਿਰਫ ਇਹੀ ਚਾਹੁੰਦੀ ਹਾਂ ਕਿ ਵਾਹਿਗੁਰੂ ਕਰੇ ਕਿ ਜਿੰਨਾ ਲੋਕਾਂ ਨੇ ਮੈਨੂੰ ਲਾਈਕ ਕੀਤਾ, ਮੈਨੂੰ ਪਸੰਦ ਕੀਤਾ, ਮੇਰੇ ਪੁੱਤਰ ਨੂੰ ਉਹ ਤੋਂ 100 ਗੁਣਾ ਜ਼ਿਆਦਾ ਪਸੰਦ ਕਰਨ। ਮੈਡਮ, ਇੱਕ ਬੰਬੇ ਦੇ ਵਿੱਚ ਬਾਬਾ ਜੀ ਨੇ ਕੈਂਪ ਲਗਾਇਆ ਸੀ ਵੈਕਸੀਨੇਸ਼ਨ, ਕੀ ਕਹਿਣਾ ਚਾਹੁੰਦੇ ਉਹਨਾਂ ਬਾਰੇ? ਉਹਨਾਂ ਨੂੰ ਮੈਂ ਕਹਿਣਾ ਚਾਹੁੰਦੀ, ਉਹ ਬਹੁਤ ਹੀ ਨਾਈਸ ਇਨਸਾਨ ਨੇ, ਬਹੁਤ ਵਧੀਆ ਇਨਸਾਨ, ਜਿਹੜੇ ਟਾਈਮ ਟਾਈਮ 'ਤੇ ਲੋਕਾਂ ਦੀ ਮਦਦ ਕਰਦੇ ਰਹਿੰਦੇ ਨੇ। ਅਤੇ ਹੁਣ ਉਹਨਾਂ ਨੇ ਖਾਲਸਾ ਕਾਲਜ 'ਚ ਵੀ ਵੈਕਸੀਨੇਸ਼ਨ ਲਈ ਕੈਂਪ ਲਗਾਇਆ ਸੀਗਾ ਅਤੇ ਉਹ ਬਹੁਤ ਗਰੀਬਾਂ ਦੀ ਮਦਦ ਕਰਦੇ। ਜਦੋਂ ਵੀ ਕਰੋਨਾ ਦੀ ਸਾਰੀ ਜਦੋਂ ਮਹਾਂਮਾਰੀ ਆਈ, ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਮਤਲਬ ਕਦੀ ਕਿਸੇ ਨੂੰ ਕੱਪੜੇ ਦੇਣੇ, ਕਿਸੇ ਨੂੰ ਖਾਣਾ ਦੇਣਾ, ਸਾਰਾ ਕੁਛ ਕਰਦੇ ਰਹਿੰਦੇ। ਫਿਰ ਫਿਲਮ ਇੰਡਸਟਰੀ 'ਚ ਉਹਨਾਂ ਦਾ ਬਹੁਤ ਅੱਛਾ ਨਾਮ ਹੈ ਕਿਉਂਕਿ 30 ਸਾਲ ਤੋਂ ਫਾਈਨਾਂਸ ਕਰਦੇ ਨੇ ਉਹ ਫਿਲਮਾਂ ਨੂੰ, ਅਤੇ ਸਾਰਿਆਂ ਦੇ ਦਿਲ 'ਚ ਉਹਨਾਂ ਦਾ ਬਹੁਤ ਰਿਗਾਰਡ ਹੈ। ਤੁਹਾਨੂੰ ਇਸ ਤਰ੍ਹਾਂ ਦੇ ਪ੍ਰੋਗਰਾਮ ਹਰ ਇੱਕ ਐਨ ਜੀ ਓ ਨੂੰ ਕਰਨੇ ਚਾਹੀਦੇ? ਬਿਲਕੁਲ, ਮੇਰੀ ਮਦਰ ਦੇ ਨਾਮ 'ਤੇ ਵੀ ਅਸੀਂ ਇੱਕ ਐਨ ਜੀ ਓ ਸਟਾਰਟ ਕੀਤਾ ਹੈ ਜਿਹੜਾ ਕਿ ਸੰਤੋਸ਼ ਫਾਊਂਡੇਸ਼ਨ ਦੇ ਨਾਮ ਤੋਂ ਚੱਲਦਾ ਹੈ, ਮੇਰੀ ਮਦਰ ਦੇ ਨਾਮ ਤੋਂ। ਸਾਡੀ ਜਿਹੜੀ ਕੰਪਨੀ ਹੈ ਮੈਂ ਤੁਹਾਨੂੰ ਦੱਸਦਾ, ਉਹ ਵੀ ਸੰਤੋਸ਼ ਐਂਟਰਟੇਨਮੈਂਟ ਸਟੂਡੀਓਜ਼ ਦੇ ਨਾਮ ਤੋਂ ਹੀ ਹੈਗਾ। ਅਤੇ ਮੰਮੀ ਦੇ ਨਾਮ ਤੋਂ ਸਾਡੇ, ਮੈਂ ਬਹੁਤ ਜ਼ਿਆਦਾ ਇੰਨੀ ਕੈਪੇਬਲ ਤਾਂ ਨਹੀਂ, ਪਰ ਜਿੰਨਾ ਵੀ ਸਾਡੇ ਕੋਲ ਬਣ ਸਕਦਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਥੋੜ੍ਹੀ ਬਹੁਤ ਅਸੀਂ ਵੀ ਮਦਦ ਕਰ ਸਕੀਏ। ਫਿਲਮ ਇੰਡਸਟਰੀ ਦੇ ਕਲਾਕਾਰ ਵੱਡੀ ਗਿਣਤੀ 'ਚ ਆਉਂਦੇ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਡੈਫੀਨੇਟਲੀ ਉਹ ਆਉਣਗੇ ਕਿਉਂਕਿ ਉਹ ਇੰਡਸਟਰੀ 'ਚ ਇੰਨਾ ਜ਼ਿਆਦਾ ਨੋਨ ਹੈਗੇ ਹੈ, ਉਹ ਲੋਕਾਂ ਨੂੰ ਫਾਈਨਾਂਸ ਕਰਦੇ ਆ, ਫਿਲਮਾਂ ਨੂੰ ਫਾਈਨਾਂਸ ਕਰਦੇ, ਔਰ ਉਹਨਾਂ ਦੇ ਬਹੁਤ ਸਾਰੇ ਅੱਛੇ ਸੰਬੰਧ ਹੈ ਫਿਲਮ ਇੰਡਸਟਰੀ 'ਚ। ਅਤੇ ਜਦੋਂ ਰਿਲੇਸ਼ਨਸ਼ਿਪ 'ਤੇ ਹੀ ਹੁੰਦਾ ਹੈ ਨਾ, ਅਤੇ ਜਦੋਂ ਸੰਬੰਧ ਇੰਨੇ ਅੱਛੇ ਨੇ ਤਾਂ ਫਿਰ ਡੈਫੀਨੇਟਲੀ ਉਹ ਆਉਣਗੇ। ਕੋਰੋਨਾ ਵਾਇਰਸ ਦਾ ਪ੍ਰਕੋਪ ਚੱਲਦਾ ਪਿਆ, ਲੋਕਾਂ ਨੂੰ ਕੀ ਅਪੀਲ ਕਰਦੇ ਹੋ? ਮੈਂ ਤਾਂ ਇਹੀ ਅਪੀਲ ਕਰਦੀ ਹਾਂ ਕਿ ਮਤਲਬ ਇਸ ਟਾਈਮ ਸਾਰੇ ਲੋਕ ਬਹੁਤ ਹੀ ਪਰੇਸ਼ਾਨ ਹੋ ਚੁੱਕੇ ਨੇ, ਮਤਲਬ ਸਾਡੀ ਇੰਡਸਟਰੀ, ਮੈਂ ਕਹਿੰਦੀ ਪੂਰੀ ਦੁਨੀਆ ਇਸ ਟਾਈਮ ਬਹੁਤ ਪਰੇਸ਼ਾਨ ਹੈ। ਅਤੇ ਮੈਂ ਇਹੀ ਕਹਿੰਦੀ ਹਾਂ ਕਿ ਹੌਸਲਾ ਰੱਖੋ, ਵਾਹਿਗੁਰੂ ਸਭ ਠੀਕ ਕਰਨ ਵਾਲੇ ਆ। ਮੈਨੂੰ ਤਾਂ ਬਹੁਤ ਬਹੁਤ ਹੀ ਜ਼ਿਆਦਾ ਵਾਹਿਗੁਰੂ 'ਤੇ ਆਸ ਹੈ ਕਿ ਇਹ ਜਲਦੀ ਖਤਮ ਹੋ ਜਾਏਗਾ। ਅਤੇ ਤੁਸੀਂ ਬਸ ਹੁਣ ਤੁਸੀਂ ਇੰਨਾ ਟਾਈਮ ਕੱਟ ਲਿਆ ਅਤੇ ਤੁਸੀਂ ਹਿੰਮਤ ਬਣਾ ਕੇ ਰੱਖਣੀ ਹੈ, ਹੌਸਲਾ ਰੱਖਣਾ ਹੈ। ਅਤੇ ਅਸੀਂ ਵਾਹਿਗੁਰੂ ਦੇ ਬੱਚੇ ਹਾਂ, ਅਸੀਂ ਡਿੱਗਣ ਵਾਲੇ ਨਹੀਂ ਹਾਂ। ਅੰਮ੍ਰਿਤਸਰ ਤੋਂ ਮੁਕੇਸ਼ ਮਹਿਰਾ ਦੀ ਰਿਪੋਰਟ ਦੇ ਨਾਲ ਦੀ ਟੀਵੀ ਐਨ ਆਰ ਆਈ।